ਦੇਖੋ ਜਿਹੜੀ ਇਹ ਚਰਚਾ ਚੱਲ ਰਹੀ ਹੈ ਨਾ ਕਿ ਹੁਣ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਕੌਣ ਹੋਏਗਾ, ਕੀ ਕੋਈ ਸਿੱਖ ਚਿਹਰਾ ਹੋਏਗਾ, ਉਹਦੇ ਸੁਨੀਲ ਜੱਖ ਨੂੰ ਰਿਪਲੇਸ ਕੌਣ ਕਰੇਗਾ, ਇਹਦੇ 'ਚ ਮੇਰਾ ਮੰਨਣਾ ਹੈ ਕਿ ਪਹਿਲੀ ਗੱਲ ਤਾਂ ਪ੍ਰਧਾਨ ਤਾਂ ਚੇਂਜ ਹੋਣਾ ਹੀ ਹੋਣਾ। ਸੁਨੀਲ ਜਾਖੜ ਤਾਂ ਹੁਣ ਵਰਚੁਅਲੀ ਜਿਹੜੇ ਆ ਉਹ ਪ੍ਰਧਾਨਗੀ ਤੋਂ ਛੱਡ ਬੈਠੇ ਨੇ, ਇਨਐਕਟਿਵ ਹੋ ਗਏ ਨੇ। ਬੀਜੇਪੀ ਵਿੱਚ ਰਹਿੰਦੇ ਕਿ ਨਹੀਂ ਰਹਿੰਦੇ ਇਹ ਆਪਾਂ ਬਾਅਦ 'ਚ ਗੱਲ ਕਰਾਂਗੇ, ਪ੍ਰਧਾਨਗੀ ਦੀ ਜਗ੍ਹਾ ਖਾਲੀ ਹੈ। ਵੈਸੇ ਦਸੰਬਰ 'ਚ ਚੋਣ ਉਹਨਾਂ ਦੀ ਹੋਣੀ ਹੈ, ਪ੍ਰਧਾਨਗੀ ਦੀ ਜਿਵੇਂ ਉਹਨਾਂ ਦਾ ਸਿਸਟਮ ਹੈ ਉਹਦੇ ਮੁਤਾਬਕ ਦਸੰਬਰ 'ਚ ਵੈਸੇ ਹੀ ਚੋਣ ਹੋਣੀ ਸੀ, ਹੋਣੀ ਹੈ ਸਟੇਟ ਦੇ ਸਟੇਟਾਂ ਦੇ ਵਿੱਚ। ਸੋ ਹੋ ਸਕਦਾ ਕਿ ਉਦੋਂ ਤੱਕ ਕੁਛ ਵੀ ਨਾ ਹੋਵੇ ਜਾਂ ਇਮੀਡੀਏਟਲੀ ਵੀ ਹੋ ਸਕਦਾ, ਪਰ ਮੈਨੂੰ ਲੱਗਦਾ ਕਿ ਇਹ ਮਹੀਨਾ ਦੋ ਮਹੀਨੇ ਇੱਦਾਂ ਹੀ ਨਿਕਲਣਗੇ ਅਤੇ ਦਸੰਬਰ 'ਚ ਹੀ ਚੋਣ ਹੋਏਗੀ। ਸਵਾਲ ਇਹ ਹੈ ਕਿ ਜਿਹੜੀ ਚਰਚਾ ਚੱਲੀ ਹੈ ਵੀ ਪ੍ਰਧਾਨ ਕੌਣ ਹੋਏਗਾ ਅਤੇ ਕਿਹੋ ਜਿਹਾ ਹੋਏਗਾ ਬੀਜੇਪੀ ਦਾ, ਕੀ ਕੋਈ ਸਿੱਖ ਜਾਂ ਪਗੜੀ ਦਸਤਾਰਧਾਰੀ ਪ੍ਰਧਾਨ ਹੋ ਸਕਦਾ। ਰਵਨੀਤ ਬਿੱਟੂ ਦੀ ਵੀ ਚਰਚਾ ਚੱਲ ਰਹੀ ਹੈ, ਪਰ ਮੈਨੂੰ ਲੱਗਦਾ ਕਿ ਜਿਹੜਾ ਤਜਰਬਾ ਕਰਕੇ ਦੇਖ ਲਿਆ ਕਾਂਗਰਸ ਨੇ, ਨਾ ਸੋਰੀ ਬੀਜੇਪੀ ਨੇ, ਕਿ ਬਾਹਰੋਂ ਆਏ ਜਾਂ ਕਾਂਗਰਸ 'ਚੋਂ ਲਿਆ ਆ ਕੇ ਜਿਹੜੇ ਸ਼ਾਮਲ ਹੋਏ ਪਾਰਟੀ 'ਚ ਲੀਡਰ ਬਣੇ ਆ, ਉਹਨੂੰ ਪ੍ਰਧਾਨ ਬਣਾਉਣ ਦਾ ਤਜਰਬਾ ਕਰ ਲਿਆ ਬੀਜੇਪੀ ਨੇ, ਜਿਹੜਾ ਕਿ ਮੈਨੂੰ ਲੱਗਦਾ ਹੈ ਸਫਲ ਨਹੀਂ ਰਿਹਾ। ਨਾ ਤਾਂ ਬੀਜੇਪੀ ਨੂੰ ਹੀ ਉਹਦਾ ਬਹੁਤ ਜ਼ਿਆਦਾ ਕੋਈ ਸੂਟ ਕੀਤਾ ਹੈ ਕਹਿ ਲਓ, ਹਾਲਾਂਕਿ ਪਾਰਲੀਮੈਂਟ ਦੇ ਵਿੱਚ ਜਿਹੜੀ ਚੋਣ ਹੋਈ ਹੈ ਉਹਦੇ 'ਚ ਪਰਸੈਂਟੇਜ ਵੋਟ ਦੀ ਵਧੀ ਹੈ, ਉਹ ਸੁਨੀਲ ਜਾਖੜ ਕਲੇਮ ਕਰ ਸਕਦੇ ਨੇ, ਪਰ ਜਿਹੜੀ ਅਨਈਜ਼ੀਨੈਸ ਪਾਰਟੀ ਦੇ ਵਿੱਚ ਚੱਲਦੀ ਰਹੀ ਹੈ ਉਹ ਤਾਂ ਮੈਨੂੰ ਲੱਗਦਾ ਕਿ ਸੁਨੀਲ ਜਾਖੜ ਨੂੰ ਵੀ ਨਹੀਂ ਰਾਸ ਆਈ ਲੱਗਦਾ ਬੀਜੇਪੀ, ਕਿਉਂਕਿ ਬਾਹਰੋਂ ਆ ਕੇ ਪ੍ਰਧਾਨ ਬਣੇ ਸੀ, ਅਤੇ ਉਹ ਪਾਰਟੀ ਦੇ ਅੰਦਰ ਵੀ ਇਹ ਬਹੁਤ ਕੁਛ ਹੁੰਦਾ ਰਿਹਾ, ਜਾਂ ਜਿਹੜੀ ਪਾਰਟੀ ਦਾ ਰਵਾਇਤੀ ਕਾਡਰ ਸੀ ਲੀਡਰ ਸੀ ਉਹਨਾਂ ਨੂੰ ਹਜ਼ਮ ਨਹੀਂ ਗੱਲ ਇਹ ਆਉਂਦੀ ਸੀ, ਅਤੇ ਹੁਣ ਵੀ ਜਿਹੜਾ ਜਦੋਂ ਨਵਾਂ ਪ੍ਰਧਾਨ ਬਣਾਉਣਾ ਹੈ, ਮੈਨੂੰ ਲੱਗਦਾ ਕਿ ਇਹ ਬੀਜੇਪੀ ਇਹ ਤਜਰਬਾ ਜਿਹੜਾ ਇਸ ਮੁੜ ਕੇ ਸ਼ਾਇਦ ਨਾ ਕਰੇ ਇਹ, ਅਤੇ ਪ੍ਰਧਾਨਗੀ ਕਿਸੇ ਇਹੋ ਜਿਹੇ ਜਿਹੜੇ ਨੇਤਾ ਨੂੰ ਮਿਲੇਗੀ ਜਾਂ ਦੇਣ ਦੀ ਸੰਭਾਵਨਾ ਹੈ ਜਿਹੜਾ ਕਿ ਰਵਾਇਤੀ ਬੀਜੇਪੀ ਦਾ ਕਾਡਰ 'ਚ ਹੋਵੇ, ਅਤੇ ਉਸ ਤੋਂ ਵੀ ਅੱਗੇ ਬਿਲਕੁਲ ਇਹ ਕਹਿ ਲਓ ਵੀ ਉਹਦੇ 'ਚ ਆਰ ਐਸ ਐਸ ਬੈਕਗਰਾਊਂਡ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਵੀ ਬਹੁਤ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਸੋ ਇੱਕ ਤਾਂ ਇਹ ਕ੍ਰਾਈਟੇਰੀਆ ਇਹ ਹੋਏਗਾ, ਉਹਦੇ 'ਚ ਉਹ ਦਸਤਾਰਧਾਰੀ ਹੁੰਦਾ ਕਿ ਨਹੀਂ ਹੁੰਦਾ ਇਹ ਮੈਨੂੰ ਲੱਗਦਾ ਸੈਕੰਡਰੀ ਹੈਗੀ। ਇੱਕ ਹੈਗਾ ਜਿਹੜਾ ਜਿਹੜੀ ਬੀਜੇਪੀ ਦੀ ਇਹ ਹੈ ਕਿ 2027 ਦੇ ਹਿਸਾਬ ਨਾਲ ਬੀਜੇਪੀ ਚੋਣਾਂ ਲੜਨਾ ਚਾਹੁੰਦੀ ਹੈ, ਇੰਡੀਕੇਸ਼ਨ ਇਹੋ ਜਿਹੀਆਂ ਦੇ ਰਹੇ ਕਿ ਅਸੀਂ ਇਕੱਲਿਆਂ ਲੜਾਂਗੇ ਅਤੇ ਅਕਾਲੀ ਦਲ ਕਮਜ਼ੋਰ ਹੋ ਗਿਆ, ਅਤੇ ਉਹਦੇ 'ਚੋਂ ਚਿਹਰਾ ਜਿਹੜਾ ਸੀ ਐਮ ਦਾ ਚਿਹਰਾ ਜ਼ਰੂਰੀ ਨਹੀਂ ਹੈ ਕਿ ਲਾਜ਼ਮੀ ਨਹੀਂ ਹੈ ਕਿ ਉਹ ਜਿਹੜਾ ਪ੍ਰਧਾਨ ਹੋਵੇ ਉਹ ਸੀ ਐਮ ਦਾ ਚਿਹਰਾ ਹੀ ਹੋਵੇ, ਉਹ ਸੀ ਐਮ ਦਾ ਚਿਹਰਾ ਉਹ ਉਸ ਵੇਲੇ ਕਿਸੇ ਨੂੰ ਵੀ ਨੇੜੇ ਜਾ ਕੇ ਕਰ ਸਕਦੇ ਨੇ, ਅਤੇ ਪਰ ਪ੍ਰਧਾਨਗੀ ਦਾ ਅਹੁਦਾ ਮੈਨੂੰ ਲੱਗਦਾ ਹੀ ਉਹ ਕਿਸੇ ਰਵਾਇਤੀ ਬੀਜੇਪੀ ਬੈਕਗਰਾਊਂਡ ਵਾਲੇ ਪਿਛੋਕੜ ਵਾਲੇ ਨੂੰ ਹੀ ਦੇਣਗੇ। ਹੋ ਸਕਦਾ ਕੋਈ ਉਹ ਦਸਤਾਰਧਾਰੀ ਹੋਵੇ ਜਾਂ ਨਾ ਹੋਵੇ, ਦਸਤਾਰਧਾਰੀ ਵੀ ਹੋ ਸਕਦਾ, ਦਸਤਾਰ ਤੋਂ ਬਿਨਾਂ ਵੀ ਹੋ ਸਕਦਾ, ਪਰ ਜ਼ਰੂਰੀ ਨਹੀਂ। ਪਰ ਕਿਉਂਕਿ ਜਿਹੜਾ ਵੋਟ ਬੈਂਕ ਬੀਜੇਪੀ ਦਾ ਜ਼ਿਆਦਾ ਅਰਬਨ ਹੈ ਸ਼ਹਿਰੀ ਹੈ, ਅਤੇ ਜਿਹੜਾ ਹੁਣ ਵੋਟ ਜਦੋਂ ਪਾਰਲੀਮੈਂਟ ਚੋਣ 'ਚ ਵੀ ਜਿਹੜੀ ਵੋਟ ਪਰਸੈਂਟੇਜ ਮਿਲੀ ਹੈ ਉਹ ਬਹੁਤੀ ਸ਼ਹਿਰਾਂ 'ਚੋਂ ਮਿਲੀ ਹੈ। ਸੋ ਇਹਦੇ 'ਚ ਤਾਂ ਇਹ ਬਣਦਾ ਕਿ ਜਿਹੜਾ ਸ਼ਹਿਰੀ ਵੋਟ ਬੈਂਕ ਨੂੰ ਕੰਸੋਲੀਡੇਟ ਕਰਨ ਵਾਸਤੇ ਤਾਂ ਕੋਈ ਨੌਨ ਸਿੱਖ ਚਿਹਰੇ ਨੂੰ ਵੀ ਪ੍ਰੈਫਰੈਂਸ ਦਿੱਤੀ ਜਾ ਸਕਦੀ ਹੈ। ਜਿਹੜੀ ਜਿਹੜੀ ਰਵਨੀਤ ਬਿੱਟੂ ਦੀ ਗੱਲ ਚੱਲਦੀ ਹੈ ਕਿ ਰਵਨੀਤ ਬਿੱਟੂ ਖਬਰਾਂ ਲੱਗ ਗਈਆਂ, ਖਬਰਾਂ ਤਾਂ ਖੈਰ ਜਿਹੜੀਆਂ ਸਪੈਕੂਲੇਸ਼ਨ 'ਚ ਹੁੰਦੀਆਂ ਨੇ, ਪਰ ਮੈਨੂੰ ਇਹ ਬਹੁਤ ਘੱਟ ਸੰਭਾਵਨਾ ਲੱਗਦੀ ਹੈ ਕਿ ਰਵਨੀਤ ਬਿੱਟੂ ਨੂੰ ਆਪ ਹੀ ਉਹ ਪ੍ਰਧਾਨ ਬਣਨਾ ਚਾਹੁੰਗੇ ਅਤੇ ਬੀਜੇਪੀ ਨੂੰ ਇਸ ਸਟੇਜ 'ਤੇ ਪ੍ਰਧਾਨ ਮੈਨੂੰ ਘੱਟ ਸੰਭਾਵਨਾ ਲੱਗਦੀ ਹੈ ਇਸ ਦੀ, ਕਿਉਂਕਿ ਉਹ ਮਿਨਿਸਟਰ ਨੇ ਸੈਂਟਰ ਦੇ ਵਿੱਚ। ਵੈਸੇ ਇੱਕ ਐਕਸੈਪਸ਼ਨ ਹੈਗੀ ਹੈ ਕਿ ਜਦੋਂ ਇੱਕ ਵਾਰੀ ਮਿਨਿਸਟਰ ਨੂੰ ਵੀ ਬਣਾਇਆ ਸੀ ਪ੍ਰਧਾਨ, ਪਰ ਬੀਜੇਪੀ ਦਾ ਆਮ ਤੌਰ 'ਤੇ ਇਹ ਅਸੂਲ ਹੈ ਕਿ ਉਹ ਮਿਨਿਸਟਰੀ ਦੇ ਵਿੱਚ ਜਿਹੜੇ ਨੇਤਾ ਹੁੰਦੇ ਨੇ ਉਹਨਾਂ ਨੂੰ ਉਹ ਪਾਰਟੀ ਦੇ ਅਹੁਦੇ ਅਹਿਮ ਅਹੁਦੇ ਨਹੀਂ ਦਿੰਦੇ, ਇਹ ਉਹਨਾਂ ਦੀ ਡਿਮਾਰਕੇਸ਼ਨ ਕੀਤੀ ਹੋਈ ਹੈ। ਅਤੇ ਵੈਸੇ ਵੀ ਮੈਨੂੰ ਨਹੀਂ ਲੱਗਦਾ ਕਿ ਇਸ ਸਟੇਜ 'ਤੇ ਉਹ ਦੋਨੇ ਗੱਲਾਂ ਕਰਕੇ ਸ਼ਾਇਦ ਬਿੱਟੂ ਵੀ ਨਾ ਚਾਹੁਣ,
क्योंकि वो मिनिस्ट्री अहम हैगी वास्ते, उन्होंने पहली बारी मिनिस्ट्री मिली है तो हम राज्यसभा मैंबर भी बन गए ने वो। तो दूसरा ये जिहड़ा तजर्बा बीजेपी ने किया बाहरले नूं प्रधान बाहरली पार्टियां चो आया नूं प्रधान बनाउण दा, वह भी तजर्बा मैनूं लगता है कि वह कर चुके ने, शायद वह दुबारा ना करन। हुण फ्यूचर हैगा वी सुनील जाखड़ दा फ्यूचर की है, ये भी सवाल खड़ा है, सारे चर्चा का विषय बन ही रहा है। तो सुनील जाखड़ देखो वो मैनू लगता है कि मैनू जो फीलिंग है भी वो ये शायद पछता रहे हूँ भी मैं कांग्रेस छड़ के क्यों बीजेपी च आया। उस वेले उस दौर यहो जिहा सी जदों उन्हां दा विरोध हो गया बाकी नेतावां नाल, जदों चरणजीत चन्नी चीफ मिनिस्टर बने ने, उस तो बाद दौर तो कांग्रेस भी बहुत डाउन सी। तो हुण जदों पार्लीमेंट दी चोणां च भी कांग्रेस की परफॉर्मेंस अच्छी रही, नैशनल लैवल ते भी कांग्रेस की पहलां नालों बैटर हो गई, तो कांग्रेस का एक तरह का थोड़ा आभार भी दिस रहा। तो बीजेपी दे विच उन्होंने दोनों गल्लां ही उन्हां दियां, एक तां जो उन्हां दी जिस तरह का वो चाहते सी पोस्चर बीजेपी का पंजाब दे इशूज़ बारे होर बारे, जिहड़ा उन्हां दी थिंकिंग लिबरल थिंकिंग सी इस दी, उहदे मुताबक नहीं बीजेपी ने एक्ट किया सेंटर लैवल ते जो चाहते सी। दूसरा उन्होंने जाति तौर से भी कोई कोई किसी तरह बीजेपी ने अहमियत जी प्रधान बनाता, पर देखो अजकल जिमें हम भी उदू बाद रमनीत बिट्टू हार भी गए, फिर भी उन्होंने राज्यसभा मैंबर बना के सेंटर की मिनिस्ट्री देती, पर सुनील जाखड़ सुनिया कि शायद उन्होंने ये वादा शायद इंडीकेशन दी गई सी कि कोई राज्यसभा मैंबर बना देंगे, पर उन्होंने नहीं बनाया गया। वो तो साढ़े सामने है किस तरह की अंडरस्टैंडिंग हुई सी नहीं हुई सी, आप कुछ पक्का नहीं कह सकते, पर चर्चा ये हैगी इस तरह की संभावना। उन्होंने भी लगता सी कि वह भी नहीं मिलया, सो उन्हों का जिहड़ा टैंपरामेंटली भी फिट नहीं होए वह, तो नाले उन्होंने कोई उस तरह की अकोमोडेशन भी नहीं मिली स्टेटस वाली, तो इस करके वह तो बाहर जाना, तो उन्हों का फ्यूचर की होएगा, पहले चोणा भी नहीं लड़िया उन्होंने, फ्यूचर तो जरूर सवालिया चिन्ह है। पिछले दिनों च यह भी चर्चा हुई सी कि उन्होंने कांग्रेस के कोई लीडर सोच रहा भी कांग्रेस वापस ले आईए, पर अजे कुछ कहना मुश्किल है। फौरी तौर पर शायद कुछ ना भी हो, बीजेपी अजे तो वह साइलेंट ने, चुप ने। किधरे देखो राजनीति कुछ भी संभव है, राजनीति खासकर अज की राजनीति जी है वह जी है वह इस तरह की हो गई है भी कोई कितने भी जा सकता, कोई किसी पार्टी जा सकता, क्योंकि आइडियोलॉजी जी है विचारधारा जी जी कमिटमेंट जी है वह तो हूँ रही नहीं, हूँ तो मौके की लोड़ तो कन्वीनियंस है, तो पावर जी हैगी पावर तो पावर न जुड़े अहदे कितने तो कदों मिलते हैं, ये मेन मापदंड रह गए हैं। सो इस करके राजनीति कोई भी कितने भी जा सकता, किसी वेले कितने भी आ सकता। सो सुनील जाखड़ जड़े वो किसी पासे भी जा सकते हैं, पर मैं लगता कि हजे फिलहाल वह किसी इमीजिएटली शायद किसी ना शामिल हो। अजे वैसे भी पंजाब दे विच बाई इलैक्शन होनिया ने, तो 27 की चोण जी विधानसभा की दूर पई है, होर कोई चोण जी पार्लीमेंट की चोण भी हम बहुत दूर है, तो इस करके तुरंत चोन लड़न का तो उन्हों का कोई बनता नहीं। बाकी उन्होंने फ्यूचर बारे अजे भी सवालिया चिन्ह है, तो मैनू लगता कि वह बीजेपी च शायद रहना, जे उन्होंने कोई किसी तरह की अकोमोडेशन होगी बीजेपी च, किसी ऑनरेबल अकोमोडेशन मेरा मतलब कोई स्टेट राज्यसभा मैंबर या होर इस तरह की कोई, फिर तो शायद वह बीजेपी च टिक जाण, ते नहीं तो जिस तरह से उन्होंने अपना जाहर किया इरादा, जिस तरह की कंट्राडिक्शन उन्होंने जाहर की है जी पीएम ते उस होम मिनिस्टर मिलकर, वो हिसाब ना तो उन्होंने बीजेपी च रहना मुश्किल लगता है। अगे किधर जाएंगे ये नहीं कुछ कहा नहीं जा सकता, अजे कुछ ये इतनी छड़ना पैना कि समा दसगा।